वाहिगुरु जी का खालसा वाहिगुरु जी की फतेह जी। स्वागत है तुहाडा साडे इस यूट्यूब चैनल विच। अज आपां रखड़ी दे बारे गल करांगे। रखड़ी अज तो बहुत साल पहला जदों राजपूत योधियां ने जंग लड़न लई जाना हुंदा सी ते उहनां दीआं पत्नियां उहनां दे गुट्टां ते धागा बन्न के उहनां तों प्रण मंगदियां सन कि तुसीं जंग दे मैदान विच चले हो, बहादुरी दे जौहर विखा के जित के घर वापस आयो। वह जानदियां सन कि जे वह हार गए तो बहुत भैड़ा सलूक साडे नाल होवेगा। जदों राजा हार जांदा सी ते जितण वाले उस राज दीआं औरतां नाल बहुत भैड़ा सलूक करिया करदे सन। बाद विच प्रथा यह शुरू हो गई कि भैणां ने अपने भरावां दे धागा बन्ना शुरू कर दिता ਅਤੇ ਪ੍ਰੋਹਤਾਂ ਨੇ ਆਪਣੇ ਜਜਮਾਨਾਂ ਨੂੰ ਰੱਖੜੀਆਂ ਬੰਨਣੀਆਂ ਸ਼ੁਰੂ ਕੀਤੀਆਂ ਅਤੇ ਇਹ ਤਿਉਹਾਰ ਹਿੰਦੂ ਧਰਮ ਵਿੱਚ ਪ੍ਰਚਲਿਤ ਹੋ ਗਿਆ। ਮਹੱਤਵ ਇਹ ਬਣਾਇਆ ਗਿਆ ਕਿ ਰੱਖੜੀ ਬੰਨ ਕੇ ਭੈਣ ਆਪਣੇ ਭਰਾ ਤੋਂ ਇਹ ਵਚਨ ਲੈਂਦੀ ਹੈ ਕਿ ਉਹ ਮੇਰੀ ਸਾਰੀ ਉਮਰ ਰੱਖਿਆ ਕਰੇਗਾ। ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਰੱਖੜੀ ਸਿੱਖਾਂ ਦਾ ਤਿਉਹਾਰ ਨਹੀਂ, ਹਿੰਦੂ ਵੀਰਾਂ ਭੈਣਾਂ ਦਾ ਤਿਉਹਾਰ ਹੈ ਜੀ। ਅਤੇ ਇੱਕ ਫੋਟੋ ਜੋ ਕਿ ਇੰਟਰਨੈੱਟ 'ਤੇ ਬਹੁਤ ਵਾਇਰਲ ਹੈ, ਜਿਸ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਰੱਖੜੀ ਬੰਨ ਰਹੇ ਹਨ। ਉਹ ਫੋਟੋ ਝੂਠ ਦਿਖਾ ਰਹੀ ਹੈ। ਸੱਚ ਤਾਂ ਇਹ ਹੈ ਕਿ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਰੱਖੜੀ ਨਹੀਂ ਬੰਨੀ। ਉਹ ਫੋਟੋ ਝੂਠੀ ਹੈ ਅਤੇ ਇਸ ਤਰ੍ਹਾਂ ਦੀਆਂ ਫੋਟੋਆਂ ਨੂੰ ਸ਼ੇਅਰ ਨਾ ਕਰਿਆ ਕਰੋ ਜੀ। ਜੋ ਵੀ ਵੀਰ ਭੈਣ ਇਸ ਵੀਡੀਓ ਨੂੰ ਦੇਖ ਕੇ ਅਤੇ ਸੁਣ ਕੇ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਗਿਆ ਹੈ, ਉਹ ਵੀਰ ਜਾਂ ਭੈਣ ਕਮੈਂਟ ਕਰਕੇ ਜ਼ਰੂਰ ਦੱਸੋ ਜੀ। ਅਤੇ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਅਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰੋ ਜੀ। ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।